चैनल पंजाबी वेख रहे समूह दर्शकों कुलमीत सिंह वालों निघी जी आया। वाहेगुरु जी का खालसा वाहेगुरु जी की फतेह। एडमिंटन शहर तो खबर लैके हाजिर हाँ जी थोड़े लिए। कल एक खबर थोड़े नाल सांझी कीती सी जिहदे विच आर सी एम पी वालों एक व्यक्ति जिहनूं जिहदी भाल कर रही सी आर सी एम पी वाले तो वह की होया भी वह बंदा जदों उहनूं फड़िया तो उहदी मौत हो जाती है और उहदी जिहड़ी जांच कर रही सी अस्सी रट वाले उहनां नूं उह सौंप दिता गया सीगा ते अज ਜਿਹੜੀਆਂ ਡਿਟੇਲਸ ਆ ਜੀ ਥੋੜੀਆਂ ਜਿਹੀਆਂ ਉਹਦੇ ਬਾਰੇ ਛਾਇਆ ਕੀਤੀਆਂ ਗਈਆਂ ਨੇ। ਉਹ ਡਿਟੇਲਸ ਇਹ ਆ ਕਿ ਆਰ ਸੀ ਐਮ ਪੀ ਵਾਲੇ ਉਸ ਵਿਅਕਤੀ ਨੂੰ ਜਿਹਦਾ ਨਾਂ ਲਿਓਨਲ ਗਰੇ ਆ ਉਹਨੂੰ ਭਾਲ ਰਹੇ ਸੀਗੇ। ਜਦੋਂ ਉਹਨੂੰ ਉਹਨਾਂ ਨੇ ਇੱਕ ਵਾਰੀ ਰੋਕਿਆ ਤੇ ਉਹ ਫਰਾਰ ਹੋ ਗਿਆ ਗੱਡੀ ਦੇ ਵਿੱਚ ਹੀ ਗਾਂਹ ਗਿਆ ਤੇ ਗੱਡੀ ਉਹਦੀ ਗਾਰੇ ਵਿੱਚ ਫਸ ਗਈ। ਗੱਡੀ ਗਾਰੇ 'ਚ ਫਸ ਗਈ ਤਾਂ ਉਹ ਆਪ ਉੱਥੋਂ ਨੱਠ ਗਿਆ। ਪੁਲਿਸ ਵਾਲਿਆਂ ਨੇ ਉਹਦਾ ਪਿੱਛਾ ਕੀਤਾ ਔਰ ਗਾਹ ਜਦੋਂ ਜਾਂਦਾ ਸੀ ਤੇ ਉੱਥੇ ਵੱਡਾ ਵੱਡਾ ਘਾਹ ਹੋਣ ਕਾਰਨ ਉਹ ਉਹਦੇ ਵਿੱਚ ਉੱਥੇ ਲੁਕ ਗਿਆ ਤੇ ਜਦੋਂ ਪੁਲਿਸ ਨੇ ਉਹਨੂੰ ਲੋਕੇਟ ਕੀਤਾ ਤਾਂ ਉਹਨਾਂ 'ਚ ਗੋਲੀ ਚੱਲੀ। ਗੋਲੀ ਚੱਲਣ 'ਚ ਕੀ ਹੋਇਆ ਕਿ ਸਰਵਿਸ ਡੌਗ ਸੀਗਾ ਜਿਹੜਾ ਉਹਦੇ ਵਿੱਚ ਮਾਰਿਆ ਗਿਆ ਤੇ ਪੁਲਿਸ ਵਾਲਿਆਂ ਨੇ ਉਹ ਜਦੋਂ ਦੇਖਿਆ ਵੀ ਸਰਵਿਸ ਡੌਗ ਮਾਰਿਆ ਗਿਆ ਔਰ ਵਿਅਕਤੀ ਦਾ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਕਿੱਥੇ ਆ ਤੇ ਉਹਨਾਂ ਨੇ ਉਹਨੂੰ ਡਿਸਇੰਗੇਜ ਕਰ ਦਿੱਤਾ ਆਪਰੇਸ਼ਨ ਨੂੰ ਤੇ ਉਹਨਾਂ ਨੂੰ ਉੱਥੋਂ ਹੈਲੀਕਾਪਟਰ ਰਾਹੀਂ ਬਾਹਰ ਕੱਢ ਲਿਆ ਗਿਆ। ਫਿਰ ਦੁਬਾਰਾ ਜੀ ਉਹਨਾਂ ਨੇ ਰੀਇਨਫੋਰਸਮੈਂਟਸ ਮੰਗਵਾਈਆਂ ਤੇ ਉਹ ਰੀਇਨਫੋਰਸਮੈਂਟ ਵੱਲੋਂ ਜਦੋਂ ਉਹਨਾਂ ਨੇ ਪੁਲਿਸ ਵਾਲੇ ਦੋ ਲਾਏ ਨੇ ਉਹਨੂੰ ਵਿਅਕਤੀ ਨੂੰ ਲੱਭਣ ਲਈ ਉਹਨਾਂ ਨੇ ਉਹਨੂੰ ਆਈਸੋਲੇਟ ਕਰਕੇ ਜਦੋਂ ਜਾ ਕੇ ਦੇਖਿਆ ਤੇ ਉਹ ਇੱਕ ਡੂੰਘੇ ਥਾਂ ਦੇ ਵਿੱਚ ਟੋਏ ਜਿਹੇ ਦੇ ਵਿੱਚ ਬੈਠਾ ਸੀਗਾ ਤੇ ਉੱਥੇ ਦੋ ਪੁਲਿਸ ਵਾਲਿਆਂ ਨੇ ਜਿਹੜਾ ਜੀ ਉਹਦੇ ਨਾਲ ਗੋਲੀ ਚਲਾਈ ਆ ਤੇ ਉਹ ਵਿਅਕਤੀ ਉੱਥੇ ਹੀ ਜਿਹੜਾ ਮਾਰਿਆ ਜਾਂਦਾ ਜ਼ਖਮਾਂ ਦੀ ਨਾ ਤਾਪ ਚੱਲ ਸਕਿਆ ਉੱਥੇ ਉਹ ਮਾਰਿਆ ਜਾਂਦਾ। ਇਹ ਪੁਲਿਸ ਨੇ ਗੱਲ ਆਖੀ ਆ ਜਦੋਂ ਵੀ ਕਦੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਜਿਹਦੇ ਵਿੱਚ ਕੋਈ ਵਿਅਕਤੀ ਸੀਰੀਅਸ ਫੱਟੜ ਹੋ ਜਾਏ ਜਾਂ ਮਾਰਿਆ ਜਾਏ ਉਹਦੀ ਇਨਵੈਸਟੀਗੇਸ਼ਨ ਅਸੀਰਟ ਨੂੰ ਦੇ ਦਿੱਤੀ ਜਾਂਦੀ ਆ। ਜਿਹੜੀ ਅਲਬਰਟਾ ਸੀਰੀਅਸ ਇੰਸੀਡੈਂਟ ਰਿਪੋਰਟ ਹੈ ਜੀ ਇੱਕ ਔਰਗੇਨਾਈਜੇਸ਼ਨ ਉਹਨੂੰ ਦਿੱਤੀ ਜਾਂਦੀ ਫਿਰ ਉਹ ਇਹਦੀ ਛਾਣਬੀਣ ਕਰਨ ਤੇ ਹੁਣ ਅਸੀਰਟ ਵਾਲੇ ਇਹਦੀ ਛਾਣਬੀਣ ਕਰ ਰਿਹਾ ਵੀ ਜਿਹੜੀ ਪੁਲਿਸ ਦੇ ਐਕਸ਼ਨ ਸੀ ਉਹਨਾਂ ਨੇ ਕੀ ਕੀਤਾ ਕਿਉਂਕਿ ਪੁਲਿਸ ਵਾਲਿਆਂ ਹਜੇ ਤੱਕ ਇਹ ਨਹੀਂ ਦੱਸਿਆ ਵੀ ਉਹ ਜਿਹੜੇ ਕਿਹੜੇ ਜ਼ਖਮਾਂ ਦੇ ਨਾਲ ਉਹਦੀ ਮੌਤ ਹੋਈ ਆ। ਉਹਨਾਂ ਕਿਹਾ ਕਿ ਜ਼ਖਮਾਂ ਦੀ ਤਾਪ ਨਹੀਂ ਚੱਲ ਸਕਿਆ ਪਰ ਉਹ ਜ਼ਖਮ ਕਿਵੇਂ ਹੋਏ ਤੇ ਕਿਹੜੇ ਜ਼ਖਮ ਸੀ ਜਿਹਨਾਂ ਕਰਕੇ ਉਹਦੀ ਮੌਤ ਹੁੰਦੀ ਆ ਉਹਦੀ ਹੁਣ ਇਨਵੈਸਟੀਗੇਸ਼ਨ ਅਸੀਰਟ ਵਾਲੇ ਕਰ ਰਹੇ ਨੇ। ਜਦੋਂ ਕਿ ਇੱਕ ਹੋਰ ਇਨਵੈਸਟੀਗੇਸ਼ਨ ਇਸੇ ਤਰ੍ਹਾਂ ਦੀ ਜੀ ਇਹ ਵੀ ਨਾਰਦਰਨ ਅਲਬਰਟਾ ਦੇ ਵਿੱਚ ਹੀ ਘਟਨਾ ਵਾਪਰੀ ਆ ਜਿਹਦੇ ਵਿੱਚ ਇੱਕ ਸਰਵਿਸ ਡੌਗ ਜਿਹੜਾ ਉਹ ਫੱਟੜ ਹੋ ਗਿਆ ਤੇ ਜਿਹੜਾ ਸ਼ੱਕੀ ਵਿਅਕਤੀ ਸੀਗਾ ਉਹਦੇ ਗੋਲੀ ਲੱਗਣ ਕਰਕੇ ਉਹਦੀ ਮੌਤ ਹੋ ਚੁੱਕੀ ਆ ਤੇ ਉਹ ਵੀ ਅਸੀਰਟ ਵਾਲੇ ਜਿਹੜੀ ਆ ਗੱਲਬਾਤ ਇਨਵੈਸਟੀਗੇਟ ਕਰ ਰਹੇ ਨੇ ਕਿ ਕਿਵੇਂ ਹੋਈ ਆ। ਦੂਸਰੀ ਖਬਰ ਇੱਕ ਇਹ ਆ ਜੀ ਕਿ ਕੈਲਗਰੀ ਸ਼ਹਿਰ ਦੇ ਮੇਅਰ ਨਾਹੀਦ ਨੈਂਸ਼ੀ ਹੋਰਾਂ ਨੇ ਕਿਹਾ ਕਿ ਭਾਵਾਂ ਸੂਬੇ ਵੱਲੋਂ ਜਿਹੜਾ ਮਾਸਕ ਮੈਂਡੇਟ ਆ ਉਹ 1 ਜੁਲਾਈ ਤੋਂ ਹਟਾ ਦਿੱਤੀ ਜਾਣੀ ਹੈ ਪਰ ਕੱਲ੍ਹ ਕੌਂਸਲ ਦੇ ਵਿੱਚ ਕਾਫੀ ਲੰਬੀ ਚੌੜੀ ਮੀਟਿੰਗ ਹੋਣ ਤੋਂ ਬਾਅਦ ਉਹਨਾਂ ਕਿਹਾ ਜੀ ਵੀ ਉਹ ਹਜੇ ਉਹ ਮਾਸਕ ਜਿਹੜਾ ਹੈਗਾ ਲਈ ਰੱਖਣਾ ਸਿਟੀ ਦੇ ਵਿੱਚ ਉਹ ਉਹਨਾਂ ਨੇ ਹਜੇ ਹਟਾਉਣਾ ਨਹੀਂ। ਉਹ ਕਹਿੰਦੇ ਅਸੀਂ ਕੁਝ ਇੱਕ ਹੋਰ ਦਿਨ ਮਤਲਬ ਉਹਨਾਂ ਨੇ 5 ਜੁਲਾਈ ਦਾ ਦਿਨ ਪਿੱਕ ਕੀਤਾ ਕਿ ਉਦੋਂ ਤੱਕ ਅਸੀਂ ਉਹ ਸਾਰੇ ਕਹਿੰਦੇ ਵੀ ਅਸੀਂ ਇੱਛਕ ਹੈਗੇ ਹਾਂ ਕਿ ਇਹ ਮਾਸਕ ਦੀ ਜਿਹੜੀ ਰਿਸਟ੍ਰਿਕਸ਼ਨ ਲੱਗੀ ਹੋਈ ਹੈ ਇਹ ਹਟ ਜਾਵੇ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਮਨਾਂ ਦੇ ਵਿੱਚ ਇਹਨਾਂ ਦੇ ਦਹਿਲ ਹੈਗਾ ਜੀ ਜਿਹਦਾ ਕਰਕੇ ਉਹ ਕਹਿ ਰਹੇ ਨੇ ਕਿ ਜਿਹੜਾ ਇਹ 5 ਤਰੀਕ ਨੂੰ ਕੀਤਾ ਜਾਏਗਾ। ਹਾਲਾਂਕਿ ਲੋਕਾਂ ਦੀ ਜਿਹੜੀ ਵੈਕਸੀਨੇਸ਼ਨ ਆ ਉਹ 70% ਤੋਂ ਉੱਤੇ ਹੋ ਕੇ 75% ਹੋ ਚੁੱਕੀ ਆ ਪਰ ਉਹਨਾਂ ਨੂੰ ਇਹ ਆ ਕਿ ਲੋਕੀ ਜਿੰਨੀ ਵੀ ਡਬਲ ਡੋਜ਼ ਜਿਹੜੀ ਆ ਉਹ ਹੋ ਜਾਏ ਓਨਾ ਹੀ ਬਿਹਤਰ ਆ ਤੇ ਫਿਰ ਇਹ ਜਿਹੜੀ ਮਾਸਕ ਵਾਲੀ ਰਿਕੁਆਇਰਮੈਂਟ ਆ ਇਹ ਹਟਾ ਦਿੱਤੀ ਜਾਵੇਗੀ। ਐਡਮਿੰਟਨ ਦੇ ਵਿੱਚ ਵੀ ਜਿਹੜੇ ਸਾਡੇ ਮੇਅਰ ਨੇ ਜੀ ਡੌਨ ਆਈਵਸਨ ਹੋਰੀ ਉਹਨਾਂ ਨੇ ਵੀ ਇਹ ਪਹਿਲਾਂ ਗੱਲ ਆਖੀ ਸੀ ਪਰ ਹੁਣ ਲੱਗਦਾ ਕਿ ਸ਼ਾਇਦ ਉਹ 1 ਜੁਲਾਈ ਤੋਂ ਹੀ ਜਿਹੜੀ ਮਾਸਕ ਵਾਲੀ ਗੱਲਬਾਤ ਆ ਹਟਾ ਦੇਣ ਕਿਉਂਕਿ ਜਿਹੜੀ ਵੈਕਸੀਨੇਸ਼ਨ ਆ ਉਹ 70% ਤੋਂ ਉੱਪਰ ਇੱਕ ਟੀਕਾ ਜਿਹੜਾ ਪਾਪੂਲੇਸ਼ਨ ਦੇ ਜੀ ਲੱਗ ਚੁੱਕਾ ਜਿਹੜੇ ਕੁਆਲੀਫਾਈਡ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।